ਡਿਪਟੀ ਥੋਮਸ ਕੋਲ ਬਣਿਆ ਡਿਪਟੀ ਥੋਮਸ ਸਾਡੇ ਕੌਮ ਦਾ ਕੋਈ ਨੁਮਾਇੰਦਾ ਜਾਂ ਕੋਈ ਕੌਮ ਦਾ ਜਰਨੈਲ ਤੇ ਜਾਂ ਕੋਈ ਕੌਮ ਦੀ ਜ਼ਿੰਮੇਵਾਰੀ ਨਹੀਂ ਹੈਗੀ ਉਹਦੇ ਕੋਲੇ ਉਹ ਇੱਕ ਆਮ ਬੰਦਾ ਫੇਮਸ ਹੋ ਗਿਆ ਫੇਸਬੁੱਕ ਤੇ ਉਹ ਠੀਕ ਹੈ ਤੇ ਉਹ ਇੱਕ ਰੇੜੀ ਤੇ ਖੜਾ ਸੀ ਮੱਛੀ ਖਾਂਦਾ ਸੀ ਜੇ ਜਿਹੜਾ ਬੰਦਾ ਵੀਡੀਓ ਬਣਾਉਂਦਾ ਉਹ ਬੰਦਾ ਵੀ सरदार है केवल गुरसिख नहीं है ये बंदा मेरे को बोलता है कि तू खा नहीं सकता यही बोला ना कि मैं शक नहीं सकता गुरु नानक साहब कहते हैं मांस मांस कर मूल झगड़े चतर कहावे पांडे ये शब्द पूरा पढ़ के देख लो ये नाम ते उन्नी पापा होने का बखेड़ा खड़ा किया जाता है साढ़े आम लोगों का मतलब मतलब हजूर साहब वाहिगुरु हम उतर के मर्यादा को फॉलो करते हैं करते हैं ना बस ਜਿਹੜੀਆਂ ਫਸਲਾਂ ਨੇ ਇਸ ਵਕਤ ਝੋਨਾ ਲੱਗਾ ਹੋਇਆ ਉਹਦੇ ਵਿਚ ਤਕਰੀਬਨ ਹਰੇਕ ਕਿਸਾਨ ਚਾਰ ਵਾਰੀ ਸਪਰੇਅ ਕਰਦਾ ਘੱਟੋ ਘੱਟ ਜੇ ਨਹੀਂ ਕਰੂਗਾ ਤਾਂ ਫਸਲ ਸਾਰੀ ਖਰਾਬ ਹੋਊਗੀ ਤੇ ਜੇ ਸਪਰੇਅ ਕਰੂਗਾ ਤਾਂ ਉਹਦੇ ਜੀਵ ਜੰਤੂ ਇੰਨੇ ਨੇ ਸਾਰੇ ਮਰਨਗੇ ਉਹ ਦੇਖਣਾ ਨਾ ਵੀ ਧਰਮ ਕੀ ਹੈ ਅਧਰਮ ਕੀ ਹੈ ਨਸ਼ੇੜੀ ਕੌਣ ਹੈ ਜਿਹਦੇ ਪੈਂਟ ਸ਼ਰਟ ਪਾਈ ਹੈ ਜਿਹੜਾ ਕਲੀਨ ਸ਼ੇਪ ਹੈ ਉਹਨੇ ਸਿਗਰਟ ਭਰ ਕੇ ਪੀ ਲਈ ਉਹ ਨਸ਼ੇੜੀ ਹੈ ਸਾਡੇ ਬਾਬੇ ਜਿਹੜੇ ਨੇ ਉਹਨੂੰ ਲਾਇਸੈਂਸ ਮਿਲਿਆ ਹੋਇਆ ਉਹ ਸੁੱਕਾ ਘੋੜ ਘੋੜ ਪੀਂਦੇ ਆ ਤਦ ਤੱਕ ਤੋਂ ਹੁਕਮਾਂ ਨੂੰ ਜਾਰੀ ਕਿਉਂ ਨਹੀਂ ਕਰਦੇ ਵੀ ਮਾਸ ਖਾਣਾ ਗਲਤ ਹੈ ਤੁਸੀਂ ਰਾਜਨਾਥ ਵਿੱਚ ਕਿਉਂ ਲਿਖਿਆ ਵੀ ਪੁੱਠਾ ਖਾਓ ਪੁੱਠਾ ਨਹੀਂ ਖਾਣਾ ਹੁਣ ਜਿਹੜੇ ਸਾਡੇ ਨਿਹੰਗ ਸਿੰਘ ਨੇ ਉਹ ਸਾਹਮਣੇ ਆਈ ਜਾਂਦੇ ਆ ਜੀ ਅਸੀਂ ਤਾਂ ਚਟੰਗਾ ਖਾਂਦੇ ਆ ਝਟਕਾ ਕੇ ਖਾਂਦੇ ਆ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਲਿਖਿਆ ਨਹੀਂ ਗੁਰੂ ਸਾਹਿਬ ਦਾ ਹੁਕਮ ਹੁਣ ਜੇ ਮੈਨੂੰ ਪੰਥ ਹੁਕਮ ਕਰਦੇ ਵੀ ਗਿਆਨੀ ਜੀ ਮਾਸ ਖਾਣਾ ਕੋ ਜੇ ਪੰਥ ਹੁਕਮ ਕਰਦੇ ਵੀ ਗਿਆਨੀ ਜੀ ਮਾਸ ਖਾਣਾ ਕੋ ਮੈਂ ਕਹਿੰਦਾ ਕਿਹੜਾ ਪੰਥ ਹੋਈ ਮੈਂ ਨਹੀਂ ਖਾਂਦਾ ਮੇਰੀ ਮਰਜ਼ੀ ਹੈ ਸਾਡੇ ਰਾਗੀ ਢਾਡੀ ਕਮਿਸ਼ਨ ਜਿਹੜੇ ਨੇ ਜਿਹੜੇ ਕਹਿੰਦੇ ਸਾਨੂੰ ਗਲਾ ਮਾਸ ਤੋਂ ਬਿਨਾਂ ਚੱਲਦਾ ਨਹੀਂ ਉਹ ਖਾਂਦੇ ਨੇ ਮੈਂ ਉਂਗਲਾਂ ਦੇ ਨਾਂ ਗਿਣ ਦੇਣਾ ਸਾਚਾ ਸ਼੍ਰੋਮਣੀ ਕਮੇਟੀ ਦੇ ਅੰਦਰ ਬ੍ਰਿਜਾਂ ਵਿੱਚੋਂ ਮੀਟ ਫੜਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਤੁਸੀਂ ਦੇਖ ਰਹੇ ਹੋ ਦੀ ਟੀਵੀ ਐਨ ਵਾਲੀ ਤੇ ਮੈਂ ਸੰਤੋਖ ਸਿੰਘ ਪੰਨੂ ਬੜੇ ਅਜਿਹੇ ਮਸਲੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ ਕੋਈ ਸਪਸ਼ਟ ਨਿਰਣਾ ਕਰਨਾ ਬੜਾ ਔਖਾ ਹੋ ਜਾਂਦਾ ਪਰ ਮਸਲੇ ਉਹ ਵਿਚਾਰਨੇ ਵੀ ਜ਼ਰੂਰੀ ਹੋ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਬੜੀ ਚਰਚਾ ਦੇ ਵਿੱਚ ਆ ਕਿ ਸਿੱਖਾਂ ਨੂੰ ਮਾਸ ਕਿਹੜਾ ਖਾਣਾ ਚਾਹੀਦਾ ਜਾਂ ਨਹੀਂ ਖਾਣਾ ਚਾਹੀਦਾ ਬਹੁਤ ਸਾਰੇ ਵਿਦਵਾਨਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਨੇ ਅਤੇ ਕੋਈ ਵੀ ਸਾਰੇ ਜਿਹੜੇ ਵਿਚਾਰਾਂ ਨੂੰ ਜੇ ਆਪਾਂ ਸੁਣ ਲੈਂਦੇ ਹਾਂ ਤਾਂ ਇੱਕ ਮਤ ਨਹੀਂ ਹੈਗੇ ਅਤੇ ਇਹ 'ਤੇ ਕੋਈ ਫੈਸਲਾ ਲੈਣਾ ਆਪਾਂ ਫੈਸਲਾ ਤਾਂ ਕੋਈ ਨਹੀਂ ਲੈ ਸਕਦੇ ਤਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਆ ਜਾਂ ਹੋਰ ਜਿਹੜੀਆਂ ਨੁਮਿੰਦਾ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਦਾ ਫਰਜ਼ ਬਣਦਾ ਕਿ ਕੋਈ ਉਹਦੇ ਬਾਰੇ ਇਸ ਬਾਰੇ ਸੇਧ ਦੇਣ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਅਜਿਹਾ ਭੰਬਲ ਭੂਸਾ ਬਣ ਜਾਂਦਾ ਉਸ ਤੋਂ ਬਚਿਆ ਜਾ ਸਕੇ ਅਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਸਰਦਾਰ ਬੂਟਾ ਸਿੰਘ ਜੀ ਅਤੇ ਆਪਾਂ ਉਹਨਾਂ ਦੇ ਵਿਚਾਰ ਇਸ ਮਸਲੇ 'ਤੇ ਜਾਣਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਬੂਟਾ ਸਿੰਘ ਜੀ ਇਹਨਾਂ ਬੜੇ ਦਿਨਾਂ ਦਾ ਮਸਲਾ ਬੜਾ ਭਖ ਰਿਹਾ ਵਾ ਇਹਦੇ ਬਾਰੇ ਆਪ ਜੀ ਦੇ ਕੀ ਵਿਚਾਰ ਆ ਕਿ ਮੀਟ ਸਿੱਖਾਂ ਨੂੰ ਖਾਣਾ ਚਾਹੀਦਾ ਜਾਂ ਨਹੀਂ ਦੇਖੋ ਮੀਟ ਖਾਣ ਦੀ ਨਾ ਖਾਣ ਦੀ ਗੱਲ ਤਾਂ ਬਾਅਦ ਵਿੱਚ ਕਰੇ ਪਹਿਲਾਂ ਜਿਹੜਾ ਮਸਲਾ ਖੜਾ ਹੋਇਆ ਉਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਜਿਹੜੇ ਸਾਡੇ ਪੰਜਾਬ ਦੇ ਵਾਸੀ ਸਿੱਖ ਨੇ ਜਾਂ ਪੰਜਾਬੀ ਨੇ ਉਹਨੂੰ ਬੇਨਤੀ ਹੈ ਵੀ ਜਿਹੜਾ ਇਸ਼ੂ ਬਣਿਆ ਉਹ ਇੱਕ ਵਿੱਕੀ ਥੋਮਸ ਤੋਂ ਬਣਿਆ ਵਿੱਕੀ ਥੋਮਸ ਸਾਡੇ ਕੌਮ ਦਾ ਕੋਈ ਨੁਮਾਇੰਦਾ ਜਾਂ ਕੋਈ ਕੌਮ ਦਾ ਜਰਨੈਲ ਤੇ ਜਾਂ ਕੋਈ ਕੌਮ ਦੀ ਜ਼ਿੰਮੇਵਾਰੀ ਨਹੀਂ ਹੈਗੀ ਉਹਦੇ ਕੋਲੇ ਉਹ ਇੱਕ ਆਮ ਬੰਦਾ ਫੇਮਸ ਹੋ ਗਿਆ ਫੇਸਬੁੱਕ ਤੇ ਉਹ ਠੀਕ ਹੈ ਤੇ ਉਹ ਇੱਕ ਰੇੜੀ ਤੇ ਖੜਾ ਸੀ ਮੱਛੀ ਖਾਂਦਾ ਸੀ ਜੇ ਜਿਹੜਾ ਬੰਦਾ ਵੀਡੀਓ ਬਣਾਉਂਦਾ ਉਹ ਬੰਦਾ ਵੀ ਸਰਦਾਰ ਹੈ ਕੇਵਲ ਗੁਰਸਿੱਖ ਨਹੀਂ ਹੈਗਾ ਉਹਨੇ ਇੱਕ ਇਸ਼ੂ ਬਣਾਤਾ ਰੌਲਾ ਪਾਤਾ ਤੇ ਦੇਖੋ ਵਿੱਕੀ ਥੋਮਸ ਮੱਛੀ ਖਾਈ ਜਾਂਦਾ ਰੇੜੀ ਤੇ ਖੜਾ ਹੁਣ ਦੂਜੇ ਪਾਸੇ ਗੱਲ ਲੈ ਕੇ ਜਾਓ ਜੇ ਤੁਸੀਂ ਮਾਸ ਦੀ ਗੱਲ ਕਰਦੇ ਹੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਚਤਰ ਕਹਾਵੇ ਪਾਂਡੇ ਇਹ ਸ਼ਬਦ ਪੂਰਾ ਪੜ੍ਹ ਕੇ ਦੇਖ ਲਓ ਇਹਦੇ ਵਿੱਚ ਨਾ ਤਾਂ ਮਾਸ ਖਾਣ ਦੀ ਗੱਲ ਹੈ ਤੇ ਨਾ ਹੀ ਮਨਾਹੀ ਕੀਤੀ ਹੋਈ ਹੈ
एक धर्म के नाम से उन्नी पापी होने का बखेड़ा खड़ा किया जाता है साढ़े आम लोगों वालों। गुरु ग्रंथ साहब की बाणी के ना तो मास खाण से मनाही की है गुरु पातशाह ने, ना ही मास खाण वास्ते कहा। जे तुसी दुनिया के देखोगे 80% वह लोग ने जो मास खाते हैं, कुछ कंट्रियां कुछ इलाके वो ने जिथे साडा अनाज जिहड़ा पंजाबी असी कणक वगैरह कहने वह होंगे ही नहीं, उत्थे मास ही खाधा जाता है। नंबर तीन मैं इत्थे जिहड़ा ऐड करना चाहुंदा थोड़ा जिहा ध्यान दे नाल दर्शक सुन लैण, जिहड़े बंदे ये कहिंदे ने कि असी मास छड के जिहड़े कि नहीं खांदे तां असी धर्मी हाँ। गुरु पातशाह आसा दी वार विच कहिंदे ने पहला पाणी जीव है जित हरिया सब कोए, ये ध्यान दे लईए। फिर असी दुध पीने, दही खाने, फ्रूट खाने, फ्रूट विच भी हैगा मास, दुध ते दही विच भी हैगा मास, कोई बंदा इत्थे मास तो रहत नहीं हैगा। गल ते संतोख सिंह जी ये हैगी है भी जिहड़े बंदिया ने धर्म के नाम से यह पिटना पिटिया होया, जिहड़े कहिंदे असी मास नहीं खांदे असी धर्मी हाँ, जिहड़े खांदे ने वह धर्मी नहीं है जो पापी ने, जिहड़े बंदे ये कहिंदे ने। दूजी गल इत्थे होर ऐड कर लो, मास ते मास ही है भावें तुसीं किसे जानवर का लै लो, मास ते मास ही रहना, मास ते मास ही रहूगा। हुण तुसीं ये कहने हो कि बिक्की थोमन जिहड़ा सी वह मच्छी खांदा सी, साडे निहंग सिंह जिहड़े ने वह बकरे वढ़ के खांदे आ, हजूर साहब बकरे चटकाए जांदे आ। नंबर दो असी कहने कि असी पाप नहीं करना, जीव हत्या नहीं करनी, ये कहने जिहड़ियां साड़ियां फसलां ने इस वक्त झोना लगा होया उहदे विच तकरीबन हरेक किसान चार वारी स्प्रे करदा है घट्टो घट्ट, जे नहीं करूंगा तो फसल सारी खराब होगी, जे स्प्रे करूंगा तो उहदे जीव जंतु इन्ने ने सारे मरणगे, हो कि वह पाप है या पुन्न है, एक कुदरती प्रक्रिया चलती है उसके मुताबिक सानू चलना पो। गल इत्थे जो तुसी मास खाण की गल करते हो थोड़ा जिहा ध्यान रखियो, हुण जिहड़े बंदे कहिंदे ने झटका खा लो पुट्ठा नहीं खाणा, पुट्ठा तो भाव के जिहड़ा हलाल करके खाता है, हुण जिहड़ा जिहड़े बंदे झटका खांदे ने वह भी जीव हत्या ही है, वह कि पाप नहीं है। फिर जो तुम जीव हत्या की गल करते हो, हम जो झटकई ने झटकई ने बकरा बढ़िया बढ़ के लमकाता वह बिक रहे शेर हो रहे, हूँ पाप तो झटकई ने किया ना, पाप थोड़ी खाने वाले ने किया, बकरे का गल तो झटकई ने बढ़िया है, बिलकुल खाने वाले तो खाई जाते हैं। इतने पुन पाप की गल नहीं हैगी, इनू तुम ये हवाले ना दो, जिहड़े बंदे खांदे ने वह कहणगे जी गुरु साहब ने शिकार खेडिया सी, गुरु पातशाह कहिंदे सी वी मन करके बंदा स्ट्रोंग होवे पावरफुल होवे, ये तां कीता सी। जिहड़े नहीं खांदे वह कहिंदे नी जीव हत्या है, वह कहिंदे नी असीं शाकाहारी हाँ, गलत दोनों ने। इत्थे इस विषय नूं इदां लैके जाओ, जे तुसीं कहिंदे वी पुट्ठा नहीं खाणा, मतलब रहत मज़ादा विच लिखिया होवे तुसीं मास खा सकदे हो, पुट्ठा तो भाव तो यही है हलाल किया नहीं खाना, जे थोड़े पंज प्यारे कह रहे ने झटका खा लो फिर तुम फिर लड़ाइया कर दियां थोड़िया। एक सवाल इतने होर करूंगा थोड़ा जा ध्यान दो, हुण जिहड़ा जिहड़े बंदे सुखा पीते हैं, जे तो उहदे पैंट शर्ट पाई है क्लीन शेव हैगा वह बंदा सुखा पीता फिर तो नशेड़ी है, तो जिन्हें बाणा पाया हो दस्तार सजाई है वह भंग रगड़ के पी रहा वह धर्मी है, वह सुखनदान पीता है, उन्हों लाइसेंस मिले होया। ये असी देखना ना भी धर्म की है अधर्म की है, नशेड़ी कौन है जिसे पैंट शर्ट पाई है जो क्लीन शेप है उन्हें सिगरट भर के पी ली वह नशेड़ी है, साढ़े बाबे जिहड़े ने उन्होंने लाइसेंस मिले होया वह सुखा घुट घुट पीते हैं, समझ ना कि इतने मास खाण की या ना खाण की गल भी इशू बनाया गया। फिर तुम कल तक तो हुक्मनामा जारी क्यों नहीं करते भी मास खाना गलत है,
ਤੁਸੀਂ ਰਾਜਮਨਾਂ ਦੇ ਵਿੱਚ ਕਿਉਂ ਲਿਖਿਆ ਵੀ ਪੁੱਠਾ ਖਾਓ ਪੁੱਠਾ ਨਹੀਂ ਖਾਣਾ ਇਹ ਗੱਲ ਤੇ ਰਹੋ ਨਾ ਵਿੱਕੀ ਥੋਮਿਸਟਾਂ ਨਾਲ 13 ਚੋਂ ਨਾ ਤਿੰਨਾਂ ਚੋਂ ਉਹ ਤਾਂ ਇੱਕ ਇਸ਼ੂ ਲੈ ਲਿਆ ਸੀ ਹੁਣ ਜਿਹੜੇ ਸਾਡੇ ਨਿਹੰਗ ਸਿੰਘ ਨੇ ਉਹ ਸਾਹਮਣੇ ਆਈ ਜਾਂਦੇ ਆ ਜੀ ਅਸੀਂ ਤਾਂ ਚਟੰਗਾ ਖਾਂਦੇ ਹਾਂ ਝਟਕਾ ਕੇ ਖਾਂਦੇ ਹਾਂ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਲਿਖਿਆ ਨਹੀਂ ਗੁਰੂ ਸਾਹਿਬ ਦਾ ਹੁਕਮ ਦਸ ਗ੍ਰੰਥ ਵਿੱਚ ਹੋਊਗਾ ਸਰਵਲੋਕ ਵਿੱਚ ਹੋਊਗਾ ਸੂਰਜ ਪ੍ਰਕਾਸ਼ ਵਿੱਚ ਹੋਊਗਾ ਅਸੀਂ ਤੇ ਜਿਹੜਾ ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣਾ ਨਾ ਗੁਰੂ ਸਾਹਿਬ ਦੀ ਬਾਣੀ ਵਿੱਚ ਤਾਂ ਕੋਈ ਹੁਕਮ ਨਹੀਂ ਹੈਗਾ ਇਹ ਤਾਂ ਸਾਡੇ ਜਿਹੜੇ ਨਾ ਫੇਸਬੁੱਕ ਦੇ ਵਿਦਵਾਨ ਬਣੇ ਹੋਏ ਨੇ ਜੋ ਲੈਣਾ ਚਾਹੁੰਦੇ ਨੇ ਉਹਨਾਂ ਦੇ ਲੜਾਈ ਝਗੜੇ ਨੇ ਇਹ ਕੌਮੀ ਮਸਲਾ ਨਹੀਂ ਹੁੰਦਾ ਕੌਮੀ ਮਸਲਾ ਸੌਰੀ ਮਾਫ ਕਰਨਾ ਕੁਝ ਮੀਡੀਆ ਵੀ ਬਣਾ ਦਿੰਦਾ ਹੁੰਦਾ चलो विक्की थॉमस करके जिहड़ी घटना वापरी आ उहदा करके ज्यादा फिर चर्चा दे विच आ गई ते वैसे ਇਹਦੇ ਬਾਰੇ ਜਿਹੜੀਆਂ ਸਾਡੀਆਂ ਮੈਂ ਤਾਂ ਸਮਝਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਆ ਹੋਰ ਜਥੇਬੰਦੀਆਂ ਉਹਨਾਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਵੀ ਜੋ ਵੀ ਉਹ ਚਾਹੁੰਦੇ ਨੇ ਜੋ ਸਿੱਖੀ ਸਿਧਾਂਤਾਂ ਦੇ ਮੁਤਾਬਕ ਠੀਕ ਆ ਉਹ ਸੰਗਤਾਂ ਨੂੰ ਦੱਸ ਦੇਣਾ ਚਾਹੀਦਾ ਤਾਂ ਕਿ ਇਹ ਸੰਗਤਾਂ ਦੇ ਵਿੱਚ ਜਿਹੜਾ ਇਹ ਦੋ ਚਿੱਤੀ ਵਾਲੀ ਸਥਿਤੀ ਬਣੀ ਹੋਈ ਆ ਇਹ ਨਾ ਬਣੀ ਰਹੇ ਦੇਖੋ ਜਿਹੜੀ ਹੈਗੀ ਆ ਦੁਬਧਾ ਦੁਬਧਾ ਕਿਸੇ ਵਿੱਚ ਕੋਈ ਨਹੀਂ ਪਾਉਂਦਾ ਮਨੁੱਖ ਆਪਣੇ ਆਪ ਦੁਬਧਾ ਪਾਉਂਦਾ ਹੁਣ ਮੈਂ ਆਪਣੇ ਆਪ ਨੂੰ ਕਹਾਂ ਵੀ ਮੈਂ ਅਕਲਮੰਦ ਹਾਂ ਦਾਨਸ਼ਵਾਨ ਹਾਂ ਜੇ ਮੈਂ ਆਪਣੇ ਆਪ ਨੂੰ ਸਮਝਾਂ ਫਿਰ ਮੈਂ ਦੁਬਧਾ ਵਿੱਚ ਕਿਉਂ ਪਾਉਣਾ ਮੇਰੀ ਮਰਜ਼ੀ ਹੈ ਹੁਣ ਜੇ ਮੈਨੂੰ ਪੰਥ ਹੁਕਮ ਕਰਦੇ ਵੀ ਗਿਆਨੀ ਜੀ ਮਾਸ ਖਾਣਾ ਪਊਗਾ ਜੇ ਪੰਥ ਹੁਕਮ ਕਰਦੇ ਵੀ ਗਿਆਨੀ ਜੀ ਮਾਸ ਖਾਣਾ ਪਊ ਮੈਂ ਕਹਿੰਦਾ ਕਿਹੜਾ ਪੰਥ ਬਈ ਮੈਂ ਨਹੀਂ ਖਾਂਦਾ ਮੇਰੀ ਮਰਜ਼ੀ ਹੈ ਪੰਥ ਕਿੱਦਾਂ ਖਵਾ ਦੂਗਾ ਮੇਰੀ ਮਰਜ਼ੀ ਹੈ ਸੰਤੋਖ ਸਿੰਘ ਜੀ ਜੇਰੇ ਨਾਲ ਗੱਲ ਸੁਣਿਓ ਹਾਜ਼ਮਾ ਕਰਕੇ ਸਾਡੇ ਰਾਗੀ ਢਾਡੀ ਕਮਿਸ਼ਨ ਜਿਹੜੇ ਨੇ ਜਿਹੜੇ ਕਹਿੰਦੇ ਸਾਨੂੰ ਗਲਾ ਮਾਸ ਤੋਂ ਬਿਨਾਂ ਚੱਲਦਾ ਨੀ ਉਹ ਖਾਂਦੇ ਨੇ ਮੈਂ ਉਂਗਲਾਂ ਤੇ ਨਾਂ ਗਿਣ ਦਿੰਦਾ ਜਿਹੜੇ ਖਾਂਦੇ ਆ ਆਹ ਪਿੱਛੇ ਬੀਬੀ ਦਲੇਰ ਕੌਰ ਨੇ ਇੱਕ ਵੀਡੀਓ ਪਾਤੀ ਸੀ ਆਪਣੇ ਫੇਸਬੁੱਕ ਪੇਜ ਤੇ ਤੇ ਉਹਨੂੰ ਢਾਡੀਆਂ ਨੇ ਰਾਗੀਆਂ ਨੇ ਸਵਾਲ ਕੀਤੇ ਗਾਲਾਂ ਕੱਢੀਆਂ ਵੀ ਤੂੰ ਕਿਉਂ ਕਹਿੰਦੀ ਹੈ ਹਾਲਾਂਕਿ ਇਹ ਬਹੁਤ ਵੱਡਾ ਸੱਚ ਹੈ ਸ਼੍ਰੋਮਣੀ ਕਮੇਟੀ ਦੇ ਅੰਦਰ ਫਰਿੱਜਾਂ ਵਿੱਚੋਂ ਮੀਟ ਫੜਿਆ ਗਿਆ ਜਿਹੜੇ ਰਾਗੀ ਉਹਨਾਂ ਦੇ ਖਾਂਦੇ ਸੀ ਇਹ ਸ਼ਰੇਆਮ ਹੈ ਵਿੱਕੀ ਥੋਮਸ ਦਾ ਇੱਕ ਹਿੰਦੂ ਕਮਿਊਨਿਟੀ ਦੇ ਵਿੱਚੋਂ ਆਇਆ ਹੋਇਆ ਬੰਦਾ ਹੈ ਤੁਸੀਂ ਉਹਨੂੰ ਇੰਨਾ ਕਰੜੇ ਹੱਥੀ ਲੈ ਰਹੇ ਹੋ ਸਾਡੇ ਆਪਣਿਆਂ ਨੂੰ ਕਿਉਂ ਨਹੀਂ ਲੈਂਦੇ ਬਈ ਕਿਸੇ ਦੀ ਹਿੰਮਤ ਹੈਗੀ ਆ ਹਜ਼ੂਰ ਸਾਹਿਬ ਜਾ ਕੇ ਕੋਈ ਕਹਿ ਦੋ ਬੱਕਰੇ ਨਾ ਵੱਢੋ ਕਹਿ ਸਕਦਾ ਕੋਈ ਡਰ ਲੱਗਦਾ ਉੱਥੋਂ ਉਹਨੇ ਫੜ ਕੇ ਢੰਗ ਲੈਣਾ ਉੱਥੇ ਢੰਗ ਦੇਣਾ ਫੜ ਕੇ ਗੱਲ ਤਾਂ ਸਿਰਫ ਇੱਥੇ ਖੜੀ ਹੈ ਸੰਤੋਖ ਸਿੰਘ ਦੀ ਸਾਡੀ ਕੌਮ ਦਾ ਕੋਈ ਰਾਜਾ ਬਾਬੂ ਨਹੀਂ ਰਿਹਾ ਸਾਡੀ ਕੌਮ ਦਾ ਜਿਹੜਾ ਕੋਈ ਰਾਜਾ ਬਾਬੂ ਬਣ ਕੇ ਆਉਂਦਾ ਉਹਦੀ ਕੋਈ ਗੱਲ ਸੁਣਦਾ ਨਹੀਂ ਕਿਉਂਕਿ ਉਹ ਉਹਨੇ ਪੈਰਾਂ ਤੇ ਮਜ਼ਬੂਤ ਖੜੇ ਨਹੀਂ ਹੁੰਦੇ ਉਹ ਕਾਠਪੁਤਲੀ ਬਣ ਕੇ ਚੱਲਦੇ ਨੇ ਉਹਨਾਂ ਦੇ ਕੋਲੇ ਕੋਈ ਨਿੱਜੀ ਫੈਸਲਾ ਹੁੰਦਾ ਨਹੀਂ ਉਹਨਾਂ ਕੋਲੇ ਕੋਈ ਪਾਵਰ ਹੈ ਨਹੀਂ ਕਿ ਕਿਸੇ ਨੂੰ ਟੋਕ ਕੇ ਕਹਿ ਦੇਣ ਕਾਲੀ ਫੁੱਲਾ ਸਿੰਘ ਵਰਗਾ ਕੋਈ ਜਥੇਦਾਰ ਨਾ ਆਇਆ ਤੇ ਨਾ ਆਊਗਾ ਤੇ ਆਪੋ ਧਾਪੀ ਪਈ ਹੋਈ ਹੈ ਆਪੋ ਧਾਪੀ ਨੇ ਸਾਡੀ ਕੌਮ ਦਾ ਬੇੜਾ ਗਰਕ ਕਰਕੇ ਰੱਖਤਾ ਇਹ ਬਹੁਤ ਛੋਟੇ ਛੋਟੇ ਮਸਲੇ ਨੇ ਬਹੁਤ ਛੋਟੇ ਮਸਲੇ ਨੇ ਇਹ ਕੌਮ ਦੇ ਮਸਲੇ ਹੈ ਹੀ ਨਹੀਂ ਇਹ ਤਾਂ ਆਮ ਲੋਕਾਂ ਦੇ ਝਗੜੇ ਨੇ ਮਾਸ ਕੀ ਹੈ ਜਿਹੜੇ ਬੰਦੇ ਜੀਭ ਦੇ ਸਵਾਦ ਨਾਲ ਖਾਂਦੇ ਨੇ ਉਹਨਾਂ ਲਈ ਮਾਸ ਨਹੀਂ ਹੈਗਾ ਉਹਨਾਂ ਲਈ ਇੱਕ ਆਮ ਖੁਰਾਕ ਮੰਨੀ ਜਾਊ ਮਾਸ ਤਾਂ ਅਸੀਂ ਰਾਤੀ ਮਾਂਸ ਖਾਣੇ ਗੁਰੂ ਪਾਤਸ਼ਾਹ ਨੇ ਆਸਾ ਦੀ ਬਾਣੀ ਵਿੱਚ ਕਿਹਾ ਜਿਹੜੇ ਤੁਹਾਡੇ ਸਵਾਦ ਚੱਲਦੇ ਨੇ ਜਾਂ ਜਿਹੜੇ ਬੰਦੇ ਗਰੀਬਾਂ ਦਾ ਖੂਨ ਚੂਸਦੇ ਨੇ ਭਾਈ ਲਾਲੋ ਵਾਲੀ ਜਿਹੜੀ ਸਾਖੀ ਹੈ ਉਹ ਕੀ ਦੱਸਦੀ ਹੈ ਸਾਨੂੰ ਸਾਡੇ ਪੁਜਾਰੀ ਨੇ ਤੇ ਪੇਸ਼ ਇੱਦਾਂ ਹੀ ਕੀਤਾ ਨਾ ਕਿ ਇੱਕ ਰੋਟੀ ਵਿੱਚ ਖੂਨ ਸੀ ਇੱਕ ਵਿੱਚ ਦੁੱਧ ਸੀਗਾ ਇਹੀ ਕੀਤਾ ਨਾ ਪਰ ਸੱਚਾਈ ਇਹ ਸੀ ਮਾਲਕ ਭਾਗੋ ਨੂੰ ਕਿਹਾ ਕਿ ਤੇਰੀ ਜਿਹੜੀ ਕਮਾਈ ਹੈ ਹੱਕ ਸੱਚ ਨਹੀਂ ਹੈਗੀ
ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਤੂੰ ਹੱਕ ਮਾਰ ਕੇ ਇਕੱਠੀ ਕੀਤੀ ਹੋਈ ਹੈ, ਮੈਂ ਤਾਂ ਤੇਰੇ ਘਰ ਨਹੀਂ ਆਇਆ। ਸੱਚਾਈ ਇਹ ਸੀ ਜਿਹੜੇ ਬੰਦੇ ਹੱਕ ਹਲਾਲ ਦੀ ਨਹੀਂ ਖਾਂਦੇ, ਫੇਰਾ ਫੇਰੀ ਦੇ ਨਾਲ ਧੋਖਾਧੜੀ ਦੇ ਨਾਲ ਆਪਣੇ ਬੱਚੇ ਪਾਲਦੇ ਨੇ, ਕਿਸੇ ਦੇ ਦੁੱਖਾਂ ਵਿੱਚੋਂ ਜਿਹੜੇ ਬੰਦੇ ਸੁੱਖ ਲੱਭਦੇ ਨੇ ਉਹ ਬੰਦੇ ਵੀ ਮਾਸ ਖਾਂਦੇ ਨੇ, ਭਾਵੇਂ ਉਹ ਲੱਖ ਮਾਸ ਤੋਂ ਰਹਿਤ ਹੋਣ। ਇਹ ਬਹੁਤ ਕੌੜੀਆਂ ਤੇ ਸੱਤੀਆਂ ਗੱਲਾਂ ਨੇ, ਇਹਨਾਂ ਨੂੰ ਹਾਜ਼ਮ ਕਰਨਾ ਕਿਤੇ ਸੌਖੀ ਗੱਲ ਨਹੀਂ ਹੈਗੀ ਜੋ ਮੈਂ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਸਿਧਾਂਤ ਹੈ, ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਹੁਣ ਜਿਹੜੇ ਬੰਦੇ ਕਹਿੰਦੇ ਅਸੀਂ ਧਰਮੀ ਆ, ਦਇਆ ਕਿੰਨੀ ਕਰਨਾ ਦੇ ਕੋਲੇ। ਜਿਹੜੇ ਬੰਦੇ ਸਿੱਖ ਬਾਣੀ ਦੇ ਵਿੱਚ ਕੁੜੀ ਦਾ ਕਤਲ ਕਰ ਸਕਦੇ ਨੇ ਉਹ ਕਹਿੰਦੇ ਨੇ ਅਸੀਂ ਅਣਪਛੇ ਕੁੜੀ ਮਾਰਦੇ, ਤੇ ਜੇ ਕਿਤੇ ਮੁੰਡਾ ਰਾਤ ਬਾਹਰ ਕੱਟ ਗਿਆ ਹੋਵੇ ਉਹਨੂੰ ਮਾਰਨਗੇ? ਇਜਾਜ਼ਤ ਹੈ? ਸਾਡੀਆਂ ਕੁੜੀਆਂ ਜਿਹੜੀਆਂ ਕੈਨੇਡਾ ਵਿੱਚ ਬੈਠੀਆਂ ਨੇ ਮਾਂ ਪਿਓ ਤੋਂ ਦੂਰ, ਉਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਉੱਥੇ, ਉਹ ਮਾਂ ਪਿਓ ਮਾਰਨਗੇ ਤੇ ਉਹ ਮਾਸ ਖਾਣਾ ਨਹੀਂ ਹੈਗਾ? ਇਹਨੂੰ 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 ਲੋਕਾਂ ਦੇ ਤਲ ਤੇ ਜਾਂ ਗਰਾਊਂਡ ਲੈਵਲ ਤੇ ਦੇਖ ਕੇ ਦੇਖੋ ਵੀ ਲੋਕਾਂ ਦੀ ਮਾਸ ਖਾਣ ਪ੍ਰਤੀ ਮਨਸਾ ਕੀ ਕਹਿੰਦੀ ਹੈ। ਗੱਲ ਇੱਥੇ ਵਿੱਕੀ ਥੋਮਸ ਦੀ ਨਹੀਂ ਹੈਗੀ, ਉਹ ਤਾਂ ਕੁਛ ਵੀ ਹੈ ਨਹੀਂ। ਉਹ ਬੰਦਾ ਜਿਹੜੇ ਬੰਦੇ ਨੇ ਵੀਡੀਓ ਪਾਈ ਉਹ ਬੰਦਾ ਵੀ ਕੁਛ ਨਹੀਂ ਹੈਗਾ। ਅਸੀਂ ਅਸੀਂ ਇਸ਼ੂ ਬਣਾ ਕੇ ਇਹਨੂੰ ਐਡਾ ਵੱਡਾ ਮਸਲਾ ਬਣਾਤਾ, ਪਤਾ ਨਹੀਂ ਵੀ ਕੌਮ ਹੀ ਕੁਛ ਕਰ ਦਊਗੀ ਜਾਂ ਕੌਮ ਨੇ ਕੋਈ ਫੈਸਲਾ ਲੈ ਲੈਣਾ। ਕਿਹੜਾ ਫੈਸਲਾ ਕੌਮ ਲੈਂਦੀ ਹੈ? ਅੱਜ ਤੱਕ ਕੌਮ ਨੇ ਕੋਈ ਫੈਸਲਾ ਲਿਆ? ਕੌਮ ਕੌਮ ਕਿੱਡੀ ਕੁ ਸਾਡੀ, ਚਾਰ ਨੇ ਇਕੱਠੇ ਹੋ ਗਏ ਉਹ ਕੌਮ ਹੈ, ਚਾਰ ਮਾਨਕਸਰੀ ਇਕੱਠੇ ਹੋ ਗਏ ਉਹ ਕੌਮ ਹੈ, ਚਾਰ ਟਕਸਾਲੀ ਇਕੱਠੇ ਹੋ ਗਏ ਉਹ ਕੌਮ ਹੈ, ਚਾਰ ਖਾਲਿਸਤਾਨੀ ਇਕੱਠੇ ਹੋ ਗਏ ਉਹ ਕੌਮ ਹੈ। ਤੇ ਕੌਮ ਦਾ ਫਿਰ 2% ਹੈ, ਅਸੀਂ 40 ਧੜਿਆਂ ਵਿੱਚ ਵੰਡੀ ਬੈਠੇ ਹਾਂ ਜਿਹੜੇ ਪੰਜਾਬ ਵਿੱਚ ਹੀ ਨੇ। ਫੈਸਲਾ ਕਿਹਨੇ ਕਰਨਾ? ਬੜਾ ਵੱਡਾ ਮਤਲਬ ਆ ਸਾਹਿਬ ਜੀ ਨੇ ਵੀ ਗੱਲਬਾਤ ਕੀਤੀ ਵੀ ਹੁਣ ਜਿਹੜੇ ਲੋਕ ਸ਼ਾਕਾਹਾਰੀ ਨੇ ਉਹ ਵਾਕਈ ਜਿਹੜਾ ਵਾ ਦੁੱਧ ਆ ਉਹਨੂੰ ਵੀ ਮਾਸ ਦੇ ਵਿੱਚ ਹੀ ਗਿਣਦੇ, ਕਿਉਂਕਿ ਉਹ ਵੀ ਇੱਕ ਚਰਬੀ ਦਾ ਜਿਹੜਾ ਬਦਲਿਆ ਹੋਇਆ ਰੂਪ ਹੁੰਦਾ, ਉਹ ਤਾਂ ਉਹਨਾਂ ਦੇ ਕੱਟਿਆਂ ਵਛਿਆਂ ਵਾਸਤੇ ਉੱਦਾਂ ਆਪਾਂ ਮਨੁੱਖਤਾ ਉਹਦੀ ਵੀ ਲੋਟੀ ਕਰ ਰਿਹਾ ਵਾ। ਅਤੇ ਇਹ ਜਿਹੜੇ ਮਸਲੇ ਨੇ ਜਿੰਨਾ ਚਿਰ ਤੁਸੀਂ ਅਕਾਲੀ ਫੂਲਾ ਸਿੰਘ ਜੀ ਦੀ ਉਦਾਹਰਨ ਦਿੱਤੀ ਆ, ਵਾਕਈ ਜਿੰਨਾ ਚਿਰ ਜਥੇਦਾਰ ਮਨਾ ਅਕਾਲ ਤਖ਼ਤ ਆਜ਼ਾਦ ਨਹੀਂ ਹੁੰਦਾ ਉਹਨਾਂ ਦੇ ਜਿਹੜੇ ਮਸਲੇ ਹੱਲ ਹੋਣ ਵਾਲੇ ਨਹੀਂ, ਕਿਉਂਕਿ ਹੁਣ ਅਕਾਲ ਤਖ਼ਤ ਦਾ ਜੋ ਜਥੇਦਾਰ ਹੀ ਕਿਸੇ ਦੀ ਕਾਠਪੁਤਲੀ ਹੋਊਗਾ ਉਹ ਆਜ਼ਾਦ ਫੈਸਲੇ ਹੀ ਨਹੀਂ ਕਰ ਸਕਦਾ, ਅਤੇ ਜਿਹੜੇ ਮਸਲੇ ਆਉਂਦੇ ਨੇ ਬਸ ਉਹ ਰਫਾ ਦਫਾ ਹੋ ਜਾਂਦੇ ਨੇ, ਉਹਨਾਂ ਦੇ ਬਾਰੇ ਕੋਈ ਕਲੀਅਰ ਕੱਟ ਕਦੀ ਵੀ ਜਥੇਦਾਰ ਵੱਲੋਂ ਸਟੈਂਡ ਹੀ ਲਿਆ ਜਾਂਦਾ। ਜੇ ਕਾਰਜਕਾਰੀ ਜਥੇਦਾਰ ਬਣਾਏ ਗਏ ਸੀਗੇ ਉਹਨਾਂ ਨੇ ਜੋ ਕੁਝ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਆ, ਅਤੇ ਜਦੋਂ ਉਹਨਾਂ ਦੇ ਹੁਕਮ ਤੋਂ ਮਾੜਾ ਮੋਟਾ ਵੀ ਬਾਸੇ ਗਿਆ ਅਤੇ ਉਸੇ ਵੇਲੇ ਬਦਲ ਦਿੱਤਾ। ਅਤੇ ਜੇ ਇਹ ਜਿਸ ਤਰ੍ਹਾਂ ਕਿਤੇ ਪਹਿਲਾਂ ਹੁੰਦਾ ਸੀਗਾ, ਪਹਿਲੇ ਜਿਹੜੇ ਆਪਾਂ ਇਤਿਹਾਸ ਵੱਲ ਨਜ਼ਰ ਮਾਰੀਏ ਅਤੇ ਜਿਹੜੇ ਅਕਾਲ ਬੁੱਢਾ ਦਲ ਦੇ ਜਥੇਦਾਰ ਸੀ ਉਹ ਅਕਾਲ ਤਖ਼ਤ ਸਾਹਿਬ ਦੇ ਵੀ ਜਥੇਦਾਰ ਰਹੇ ਨੇ, ਕਿਉਂਕਿ ਉਹ ਕਿਸੇ ਦੇ ਤਹਿਤ ਨਹੀਂ ਸੀ, ਕਿਸੇ ਤੋਂ ਤਨਖਾਹ ਨਹੀਂ ਸੀ ਲੈਂਦੇ, ਆਜ਼ਾਦ ਸੀ ਅਤੇ ਕੌਮ ਦੇ ਵਾਸਤੇ ਜਿਹੜੇ ਫੈਸਲੇ ਕਰਦੇ ਸੀ। ਅਤੇ ਹੁਣ ਵੀ ਮੇਰਾ ਆਪਦਾ ਵੀ ਇਹ ਵਿਚਾਰ ਆ ਕਿ ਜਿੰਨਾ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਇੱਕ ਧੜੇ ਤੋਂ ਆਜ਼ਾਦ ਨਹੀਂ ਹੁੰਦਾ, ਅਤੇ ਉਹਨਾਂ ਚਿਰ ਸ਼ਾਇਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ ਉਹ ਵੀ ਕੋਈ ਫੈਸਲੇ ਨਹੀਂ ਲੈ ਸਕਦੇ ਹੈਗੇ। ਅਤੇ ਇਹ ਬੜੀ ਵੱਡੀ ਤ੍ਰਾਸਦੀ ਆ ਕੌਮ ਦੀ, ਵਾਕਈ ਕਈਆਂ ਧੜਿਆਂ ਦੇ ਵਿੱਚ ਕਈਆਂ ਦੇ ਵਿੱਚ ਵੰਡੀ ਹੋਈ ਆ, ਵੰਡੇ ਵੀ ਰਹੇ ਨੇ। ਜੇ ਸਾਰਿਆਂ ਨੂੰ ਅਕਾਲ ਤਖ਼ਤ ਤੋਂ ਅਗਵਾਈ ਮਿਲੇ, ਕੋਈ ਵੀ ਮਸਲਾ ਆਉਂਦਾ ਅਕਾਲ ਤਖ਼ਤ ਤੋਂ ਫੈਸਲੇ ਆਉਣ ਅਤੇ ਸਾਰੀ ਸੰਗਤ ਜਿਹੜੀ ਉਹਨੂੰ ਮੰਨੇ ਅਤੇ ਆਪਣੇ ਆਪ ਹੀ ਸਾਰੇ ਜਿਹੜੇ ਧੜੇ ਨੇ ਇੱਕ ਹੋ ਸਕਦੇ ਨੇ, ਕਿਉਂਕਿ ਬੜੀਆਂ ਗੱਲਾਂ ਜਿਹੜੀਆਂ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਵੀ ਜਿਹੜੀਆਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ ਆ। ਅਤੇ ਬਾਕੀ ਗੱਲ ਮੈਨੂੰ ਤਾਂ ਬੂਟਾ ਸਿੰਘ ਜੀ ਇਹ ਵੀ ਲੱਗਦਾ ਵੀ ਹੁਣ ਜਿਹੜੇ ਭਾਵੇਂ ਗੁਰਬਾਣੀ ਦੇ ਆਪਣੇ ਕੋਲ ਸਾਧਨ ਜ਼ਿਆਦਾ ਹੋ ਗਏ ਨੇ, ਹਰੇਕ ਕੋਲ ਗੁਰਬਾਣੀ ਪਹੁੰਚ ਰਹੀ ਆ, ਬਹੁਤ ਸਾਰੇ ਗੁਰੂ ਘਰਾਂ ਤੋਂ ਗੁਰਬਾਣੀ ਲਾਈਵ ਵੀ ਹੋ ਰਹੀ ਆ, ਪਰ ਅਸਲ ਦੇ ਵਿੱਚ ਮੈਨੂੰ ਲੱਗਦਾ ਵੀ ਗੁਰਬਾਣੀ ਸਮਝਣ ਦੇ ਵਿੱਚ ਅਤੇ ਜਿਹੜੇ ਸਿੱਖ ਨੇ ਉਹ ਪਛੜਦੇ ਜਾ ਰਹੇ ਨੇ, ਵੀ ਉਦੋਂ ਜਾਂ ਪੜ੍ਹਨ ਵੱਲੋਂ ਪਿੱਛੇ ਰਹਿ ਰਹੇ ਨੇ। ਜਿਹੜੀਆਂ ਗੱਲਾਂ ਬਹੁਤ ਸਾਰੇ ਜਿਹੜੇ ਮਸਲੇ ਸਾਹਮਣੇ ਆ ਰਹੇ ਨੇ ਉਹਨਾਂ ਦਾ ਮੈਂ ਤਾਂ ਕਾਰਨ ਇਹ ਵੀ ਸਮਝਣਾ ਵੀ ਗੁਰਬਾਣੀ ਦੇ ਨਾਲੋਂ ਜਿਹੜੇ ਸਿੱਖ ਟੁੱਟ ਰਹੇ ਨੇ ਉਹ ਨਾ ਤਾਂ ਗੁਰਬਾਣੀ ਤੋਂ ਕੋਈ, ਕਿਉਂਕਿ ਗੁਰਬਾਣੀ ਤੋਂ ਹੀ ਆਪਾਂ ਸੇਧ ਲੈਣੀ ਆ, ਤੇ ਇਸ ਕਰਕੇ ਵੀ ਬਹੁਤ ਸਾਰੇ ਜਿਹੜੇ ਮਸਲੇ ਪੈਦਾ ਹੋ ਰਹੇ ਨੇ। ਦੇਖੋ ਮੈਂ ਨਾ ਚਾਰ ਕੁ ਧੜੇ ਤੁਹਾਨੂੰ ਗਣਾਉਣੇ ਨੇ, ਉਹ ਕਿਹੜੇ ਕਿਹੜੇ ਨੇ? ਇੱਕ ਤਾਂ ਨਾਨਕ ਸਰਗੇ ਬਾਬੇ ਨੇ, ਮੈਂ ਗੱਲ ਕਹਿ ਦਿੰਦਾ ਹੁਣ ਨਾਂ ਲੈ ਕੇ ਕਦੇ ਝਟਕਿਆ ਨੀ, ਮੈਂ ਨਾਂ ਝਿਜਕਣਾ। ਇੱਕ ਸਾਡੇ ਟਕਸਾਲੀ ਨੇ, ਠੀਕ ਹੈ,
ਤੇ ਕੁਛ ਨਿੰਗ ਜਥੇਬੰਦੀਆਂ ਹੋ ਗਈਆਂ। ਇਹ ਬੰਦੇ ਗੈਰ ਗ੍ਰੰਥਾਂ ਨੂੰ ਮੰਨਦੇ ਨੇ, ਉਹਨਾਂ ਦਾ ਪ੍ਰਕਾਸ਼ ਕਰਦੇ ਨੇ, ਉਹਨਾਂ ਦਾ ਬੋਲਬਾਲਾ ਇਹ ਬੰਦੇ ਦੁਨੀਆਂ ਵਿੱਚ ਪ੍ਰਚਾਰ ਰਹੇ ਨੇ। ਮੈਂ ਕਹਿੰਦਾ ਜਿਹੜਾ ਮਰਜ਼ੀ ਪਲੇਟਫਾਰਮ 'ਤੇ ਬਹਿ ਕੇ ਗੱਲ ਕਰੇ, ਮੈਂ ਇਹ ਗੱਲ ਸਿੱਧ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਦੂਰ ਕੀਤਾ ਜਾ ਰਿਹਾ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕੀਤਾ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣਾ ਕੇ ਗ੍ਰੰਥ ਪੈਦਾ ਕਰ ਦਿੱਤੇ, ਉਹਨਾਂ ਦਾ ਬੋਲਬਾਲਾ ਇਹਨਾਂ ਦੇ ਡੇਰਿਆਂ ਵਿੱਚ ਹੁੰਦਾ। ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਨਾ, ਉਹ ਬੰਦੇ ਇਹਨਾਂ ਨੂੰ ਫਿੱਟ ਨਹੀਂ ਬਹਿੰਦੇ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ, ਉਹਨੇ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਧਰਮ ਦੀ ਗੱਲ ਹੀ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਇਨਸਾਨ ਹੈ, ਇਨਸਾਨੀਅਤ ਗੁਰੂ ਪਾਤਸ਼ਾਹ ਨੇ ਦੱਸੀ ਹੈ। ਹੁਣ ਕਬੀਰ ਸਾਹਿਬ ਕਹਿੰਦੇ, ਉਹ ਸਲੋਕ ਦੇ ਵਿੱਚ ਇੱਕ ਇਨਸਾਨੀਅਤ ਦੀ ਗੱਲ ਕਰਦੇ ਨੇ, ਨਰੂ ਮਰੈ ਨਰ ਕਾਮਨਾ ਆਵੈ ਪਸ਼ੂ ਮਰੈ ਦਸ ਕਾ ਸਵਾਰ। ਨਰੂ ਇਨਸਾਨ ਦੇ ਵਿੱਚ ਜਦੋਂ ਇਨਸਾਨੀਅਤ ਮਰ ਜਾਂਦੀ ਹੈ, ਨਰੂ ਮਰੈ ਨਰ ਕਾਮਨਾ ਆਵੈ, ਜਦੋਂ ਇਨਸਾਨ ਦੇ ਵਿੱਚੋਂ ਇਨਸਾਨੀਅਤ ਮਰ ਜਾਂਦੀ ਹੈ, ਇਨਸਾਨ ਕਿਸੇ ਕੰਮ ਦਾ ਨਹੀਂ ਰਹਿੰਦਾ। ਹੁਣ ਧਾਰਮਿਕਤਾ ਇੱਕ ਸਾਡੇ ਸਿਰ ਤੇ ਬੋਝ ਬਣਾ ਕੇ ਰੱਖ ਦਿੱਤਾ, ਅਸੀਂ ਧਰਮੀ ਹੋਣ ਦਾ ਦਾਅਵਾ ਪੇਸ਼ ਕਰਦੇ ਹਾਂ ਕਿ ਮੈਂ ਧਰਮੀ ਹੈਗਾ। ਵੀ ਧਰਮੀ ਅਖਵਾਉਣ ਦੇ ਜਿਹੜੇ ਗੁਣ ਨੇ ਗੁਰੂ ਪਾਤਸ਼ਾਹ ਨੇ, ਉਹ ਕਿਹੜੇ ਕਿਹੜੇ ਦੱਸੇ ਆ? ਤੁਸੀਂ ਮੂਲ ਮੰਤਰ ਤੇ ਇੱਕ ਮਿੰਟ ਬਾਅਦ ਰੁਕ ਕੇ ਦੇਖੋ, ਜਦੋਂ ਤੁਸੀਂ ਇੱਕ ਦੀ ਗੱਲ ਕਰਦੇ ਹੋ, ਉਹ ਅਕਾਲ ਪੁਰਖ ਇੱਕ ਹੈ, ਸ਼ਰੇਆਮ ਸਾਨੂੰ ਇਹ ਅਰਥ ਸਮਝ ਵਿੱਚ ਆਉਂਦੇ ਆ। ਫਿਰ ਉਹਦਾ ਜਿਹੜਾ ਨਾਮ ਹੈ ਸਦੀਵੀ ਹੋਣ ਵਾਲਾ, ਸਤਨਾਮ ਤੋਂ ਭਾਵ ਉਹ ਜੂਨਾਂ ਤੋਂ ਰਹਿਤ ਹੈ, ਜਨਮ ਮਰਨ ਵਿੱਚ ਆਉਂਦਾ ਨਹੀਂ। ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨਿਰਭਉ ਤੇ ਨਿਰਵੈਰ ਦੱਸੇ ਗਏ ਨੇ। ਉਹ ਡਰ ਤੋਂ ਰਹਿਤ ਹੈ, ਉਹ ਵੈਰ ਤੋਂ ਰਹਿਤ ਹੈ। ਕੀ ਇਨਸਾਨ ਵਿੱਚ ਇਹ ਗੁਣ ਹੈਗੇ ਨੇ? ਇਨਸਾਨ ਡਰਦਾ ਵੀ ਹੈ, ਡਰਾਉਂਦਾ ਵੀ ਹੈ, ਇਨਸਾਨ ਵੈਰ ਵੀ ਕਮਾਉਂਦਾ, ਇਨਸਾਨ ਇੱਕ ਰੱਬ ਨੂੰ ਮੰਨਦਾ ਵੀ ਨਹੀਂ, ਇਨਸਾਨ ਮਰਦਾ ਵੀ ਹੈ, ਇਨਸਾਨ ਜੰਮਦਾ ਵੀ ਹੈ, ਇਨਸਾਨ ਦੂਨਾ ਵਿੱਚ ਵੀ ਹੁੰਦਾ, ਤੇ ਇਨਸਾਨ ਇੱਕ ਦੀ ਗੱਲ ਕਰਦਾ ਨਹੀਂ, ਇੱਕ ਦੀ ਗੱਲ ਸਮਝਦਾ ਨਹੀਂ। ਇਹ ਮੂਲ ਮੰਤਰ ਦੇ ਜਿਹੜੇ ਬੇਸਿਕ ਅਰਥ ਨੇ, ਜਿਹੜੇ ਸਭ ਤੋਂ ਪਹਿਲਾਂ ਪਏ ਆ। ਤੁਸੀਂ 31 ਰਾਗ ਪੜ੍ਹ ਕੇ ਦੇਖ ਲਓ, 31 ਰਾਗਾਂ ਦੇ ਮੂਹਰੇ ਮੂਲ ਮੰਤਰ ਫਿੱਟ ਕੀਤਾ ਹੈ ਗੁਰੂ ਪਾਤਸ਼ਾਹ ਨੇ। ਕਿਉਂ ਕੀਤਾ ਹੈ? ਉਹਦਾ ਕਾਰਨ ਇਹ ਹੈਗਾ ਵੀ ਜਿਹੜੇ ਰੱਬ ਦੀ ਗੱਲ ਤੂੰ ਸ਼ਬਦ ਵਿੱਚ ਕਰਨ ਲੱਗਾ, ਉਹ ਰੱਬ ਇਹੋ ਜਿਹਾ ਜਿਹੜਾ ਮੂਲ ਮੰਤਰ ਵਿੱਚ ਦੱਸਿਆ ਗਿਆ ਤੈਨੂੰ। ਹੁਣ ਅਸੀਂ ਗੁਰਬਾਣੀ ਦੇ ਅਰਥ ਵੀ ਗਲਤ ਕੀਤੇ ਨੇ, ਗੈਰ ਗ੍ਰੰਥਾਂ ਦੇ ਪਿੱਛੇ ਲੱਗ ਕੇ ਅਸੀਂ ਅਰਥ ਵੀ ਗਲਤ ਕੀਤੇ ਨੇ ਗੁਰੂ ਸਾਹਿਬ ਦੀ ਬਾਣੀ ਨੇ। ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਤੋੜਿਆ ਜਾ ਰਿਹਾ, ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨਾਲੋਂ ਤੋੜਿਆ ਜਾ ਰਿਹਾ। ਇਹ ਬਹੁਤ ਵੱਡੀ ਸੱਚਾਈ ਹੈ ਸਾਡੇ ਜੀਵਨ ਦੀ। ਬਾਕੀ ਤੁਸੀਂ ਕੱਲ ਤੱਕ ਦੀ ਗੱਲ ਕਰਦੇ ਸੀ, ਮੈਂ ਇੱਕ ਬੇਨਤੀ ਕਰਦਾ, ਸਮਾਂ ਥੋੜਾ ਹੈ। ਗੱਲ ਇੱਥੇ ਇਹ ਨਹੀਂ ਹੈਗੀ ਵੀ ਹੁਕਮਨਾਮਾ ਕੌਣ ਜਾਰੀ ਕਰੇ, ਕੌਣ ਸੁਣੇ। ਗੱਲ ਇਹ ਹੈਗੀ ਹੈ ਵੀ ਜਿਹਨੇ ਹੁਕਮਨਾਮਾ ਜਾਰੀ ਕਰਨਾ ਹੈ, ਵੀ ਉਹ ਹੁਕਮਨਾਮਾ ਜਾਰੀ ਕਰਨ ਦੀ ਅਥਾਰਟੀ ਰੱਖਦਾ ਕਿ ਹੁਕਮਨਾਮਾ ਉਹਦੇ ਕੋਲੋਂ ਲਿਖਾਇਆ ਜਾਂਦਾ, ਉਹਦੇ ਕੋਲੋਂ ਜਾਰੀ ਕਰਵਾਇਆ ਜਾਂਦਾ, ਇਹ ਸਮਝਾਂਗੇ ਅਸੀਂ? ਹੁਣ ਜੇ ਜਥੇਦਾਰ ਹੁਕਮਨਾਮਾ ਜਾਰੀ ਕਰ ਵੀ ਦਊਗਾ, ਜਥੇਦਾਰ ਥੋੜ੍ਹੀ ਪਾਵਰ ਹੈਗੀ ਹੈ ਵੀ ਜਥੇਦਾਰ ਨੇ ਹੁਕਮਨਾਮਾ ਜਾਰੀ ਕੀਤਾ, ਪ੍ਰਿੰਟ ਕੀਤਾ ਹੋਇਆ ਹੋਣਾ ਉਹਦੇ ਕੋਲੇ, ਉਹਨੇ ਅੱਗੇ 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 ਭੇਜ ਦੇਣਾ। ਇਹ ਤਾਂ ਸਭ ਨੂੰ ਪਤਾ ਹੈ, ਤੁਸੀਂ ਪਹਿਲਾਂ ਹੀ ਕਹਿਤਾ ਵੀ ਜਿਹੜਾ ਸਾਡਾ ਕਾਲ ਤਖ਼ਤ ਅਧੀਨ ਹੈਗਾ, ਗੁਲਾਮ ਹੈਗਾ, ਆਜ਼ਾਦ ਨਹੀਂ ਹੈਗਾ, ਤੇ ਉਹ ਕੌਣ ਹੈ? ਉਹ ਬਾਦਲ ਨੇ, ਤੇ ਬਾਦਲਾਂ ਦੇ ਨਾਲ ਹੁਣ ਮਾਨ ਦਲ ਵੀ ਜੁੜ ਗਿਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੁਣ ਖੇਰੂ ਖੇਰੂ ਕਰਕੇ ਉਹਨਾਂ ਵਿੱਚ ਸ਼ਾਮਿਲ ਕਰਤਾ ਮਾਨ ਨੇ, ਕੀਤਾ ਨਹੀਂ, ਤੇ ਅਸੀਂ ਹੁਣ ਲਾਂਭਾ ਕਿਹਨੂੰ ਦੇਣਾ? ਜਥੇਦਾਰ ਰਣਵੀਰ ਸਿੰਘ ਤਾਂ ਇੱਕ ਰਬੜ ਦੀ ਮੋਹਰ ਹੈ, ਜਿੱਥੇ ਚਾਹੁਣਗੇ ਮਰੋੜ ਕੇ ਲਾ ਦੇਣਾ, ਉਹਨੇ ਲੱਗ ਜਾਣਾ। ਲਾਉਣੀ ਕੀ ਨੇ? ਬਾਦਲਾਂ ਨੇ ਤੇ ਮਾਨਦਲੀਆਂ ਨੇ। ਤੀਜਾ ਬੰਦਾ ਦੱਸ ਦਿਓ ਕੌਣ ਹੈ ਮੈਨੂੰ? ਜੇ ਕਿਤੇ ਤੁਹਾਡੇ ਵਰਗਾ ਤੇ ਮੇਰੇ ਵਰਗਾ ਬੋਲੂਗਾ, ਇਹਨੇ ਕਹਿਣਾ ਕਾਂਗਰਸ ਦਾ ਏਜੰਟ ਹੈ, ਇਹ ਬੀਜੇਪੀ ਦਾ, ਇਹ ਆਰ ਐਸ ਦਾ, ਫਿਰ ਏਦਾਂ ਤਾਂ ਨੇ ਵੱਜਣੇ? ਇਹ ਸਵਾਲ ਜਿਹੜੇ ਕੀਤੇ ਨੇ, ਜਵਾਬ ਤਾਂ ਕੋਈ ਹੈ ਨਹੀਂ ਨਾ, ਜੇ ਹੈਗਾ ਤਾਂ ਦੇ ਸਕਦੇ ਨੇ ਬੰਦੇ? ਗੁਲਾਮ ਆ, ਆਪਾਂ ਕੌਮ ਨੂੰ ਆਜ਼ਾਦ ਕਰਨ ਦੀ ਗੱਲ ਤਾਂ ਕਰਦੇ ਹਾਂ,
पर जे साडा श्री अकाल तख्त साहब भी गुलाम आ तो फिर कौम नूं जिहड़ी अगवाई कित्थों मिलनी आ जिहड़े दरियावी मसले ने उन्होंने बारे सेध किन्ने देनी आ बड़े मसले ने। तो बूटा सिंह जी आपां काफ़ी गल्लां पता कर लईआं ने इस संबंध दे विच, ते इक जांदिआं जांदिआं मैं गल होर पुछनी चाहुंदा आप जी तों दूर हुंदा भी जिहड़ा दिखाई दे रहा भावे उन्हूं पछम का प्रभाव कह लो जां कुछ कह लो किसी पासे उन्हूं कर लो। ते कई वार तुहाडे बारे भी कई वार गल्लां बातां हुंदीआं सी, उहदे बारे मैं थोड़ा जिहा जानना चाहुंदा सीगा। देखो जदों मैं बोलना है ना, मैं बोलना बेवार, मैं गोल मटोल गल करदा नहीं, मेरिया गल्लां सब नूं चुभदियां हुंदियां, कच ते सच चुभदा हुंदा, ते जिहनूं चुभदा हुंदा फिर उहने मैनूं बदनाम तां करना ही है, मैनूं सफाई देण दी लोड़ नहीं बहुती, ठीक है। मैं अपना काम करना, जिहड़ा काम मैं शुरू कीता होया गुंडागर्दी दे खिलाफ बोलना, जिहड़े बंदे कौम दे नाम ते गुमराह करदे ने, धर्म दे नाम ते गराहियां करदे ने, मैं उहनां दीआं पोलां परतां खोल रहा, वो खोलूंगा। हुण तुहाडे सामने मैं की कुछ बोलिया ते इह लोक सुणनगे, फिर वह मैनूं हाजम किदां करनगे, फिर उहने कहणगे बूटा चोर है, बूटा नशेड़ी है, बूटा जनानी वाले कहणगे फिर उहनां ने। बूटा सिंह जी, इक गल मैं होर तुहानूं कहणा सी, गलबात कीती आ गराहियां दी, ते वैसे भी सिक्खी दे विच कोई मंगण वाली तां कोई प्रथा है नहीं, कोई वैसे कोई कोई चलाई नहीं, दसवंत ही जरूर सी भी दसवंत जिते कि जी करता जाके दे के आए, तो जी मंगण वाली प्रथा चल गई आ सारे अपने गवान विच देख सकते हैं भी केड़ा कोई लोड़बंद हैगा, वह अपनी कमाई विच जे सानू लगदा भी हां मैं कर सकदा तां मैं लोड़बंद दे लई कर सकदा कुछ, वह तो गुरु साहब की एक जी मर्यादा हैगी मुताबिक उन्ना क सही है जिन्ना गुरु साहब ने कहा सी, पर असी दसवंध के नाम से ग्राहियां शुरू कर दतिया, असी मंग खाणी कौम अखवा दिता, दो शब्द साड़ी कौम विच वरते जाते हैं, एक तो मंग खाणी कौम कह दिता, एक जराइम पेशा, जराइम पेशा मार धाड़ करना, किसी गल ना सुननी, सीधा थप्पड़ मारो जां कृपान कटो जां गोली मारो, ये बाबे नानक की सिखी नहीं हैगी, ये बाबे नानक के सिद्धांत नहीं है। तो जिहड़ियां ग्राहियां लोग करते ने यह सिखी के दुश्मन ने, सिखी नूं ढाल आउण वाले ने, इन्हां दा संविधान दे नाल कौम दे नाल कोई संबंध नहीं। ये मैं शरेआम अपने फेसबुक पेज ते जां यूट्यूब चैनल ते शरेआम क्या होया, इसे करके बूटा सिंह चंगा नहीं लगता। बूटा सिंह नूं जिहड़ा कोई बंदा मिलता, बूटा सिंह उहनूं कहिंदा भी अपने परिवार लई किरत कर, मेहनत कर, बूटा सिंह यह कहिंदा है, तो ये कहते हैं कोई गल नहीं गुंडागर्दी करो, धर्म के नाम से लुट पसुट करो, अपना घर भी भर लो, थोड़ी बहुत किसी हैल्प कर लो, ये धंधे बनाई बैठे ने। बूटा सिंह ता बुरा लगता इन्हों, ये सच्चाई है। बिल्कुल जी, बाकी इस बारे भी विचार काफी जोर आपको विचार के नाल जुड़ के गए ना, बैठ के विचार करो, वो बारे जो भी फैसला होता वो बारे सोचने विचार की जोड़ होती है, जो आप विचार नहीं करते तो लड़ते ही आए कोई गल जायज नहीं हैगी। बूटा सिंह जी, काफी आप गल बात करते हैं, बहुत बहुत धन्यवाद आप जी का जी। वाहेगुरु जी का खालसा, वाहेगुरु जी की फतेह। वाहेगुरु जी की फतेह। जो दर्शक हुए थी बूटा सिंह जी अपने नाल जुड़े हुए, जिन्होंने काफी बेकार गल बात कीतियां ने, बड़े मसले ने सिखा के जिन्होंने बारे विचार होनिया चाहिए, सारे रल के सोचना विचारना चाहिए कि सानू इस वेले की करने की लोड़ आ, ਕਿਹੜੇ ਸਾਡੇ ਵਾਸਤੇ ਪ੍ਰਮੁੱਖ ਕੰਮ ਨੇ, ਜਿਸ ਤਰ੍ਹਾਂ ਮਾਸ ਖਾਣਾ ਨਾ ਖਾਣਾ, ਇਹਦੇ ਵਿੱਚ ਬਹਿਸ ਦੇ ਵਿੱਚ ਮੈਨੂੰ ਲੱਗਦਾ ਵੀ ਨਹੀਂ ਪੈਣਾ ਚਾਹੀਦਾ, ਕਿਉਂਕਿ ਹਰੇਕ ਦਾ ਪਰਸਨਲ ਮਾਮਲਾ ਚਾਹੀਦਾ, ਜਿਸ ਤਰ੍ਹਾਂ ਵੀ ਕਿਸੇ ਨੂੰ ਠੀਕ ਲੱਗਦਾ ਵਾ ਕੋਈ ਕਰੇ, ਅਤੇ ਜ਼ਿਆਦਾ ਜਿਹੜੀ ਹੈਗੀ ਆ ਜੇ ਆਪਾਂ ਵੰਡਾਂ ਪਾਉਂਦੇ ਆ ਜਾਂ ਇੱਕ ਲਕੀਰ ਖਿੱਚਦੇ ਆ, ਤਾਂ ਮੈਨੂੰ ਲੱਗਦਾ ਉਹ ਲਕੀਰ ਜਿਹੜੀ ਖਿੱਚੀ ਨਹੀਂ ਜਾ ਸਕਦੀ। ਸੋ ਮੈਨੂੰ ਸੰਤੋਖ ਸਿੰਘ ਪੰਨੂ ਨੂੰ ਇੱਥੇ ਹੀ ਦੇਵ ਆ ਗਿਆ, ਦੇਖਦੇ ਰਹੋ ਦੀ ਟੀ ਵੀ NRI। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। A to Z समस्या दा समाधान, मियां करीम खां, कॉल या व्हाट्सएप करो 99 150 90 403।
किसी भी तरह का होवे काम 11 घंटिया च फटाफट 101% समाधान गरंटी कार्ड दे नाल। काले इलम दी काट साढ़े कोल पति पत्नी अते प्रेमी प्रेमिका वस च करवाओ। कीता कराया जादू टोना मनचाया प्यार वशीकरण मुठकरनी करवाओ या तुड़वाओ। नौकरी कारोबार च रुकावटा सोतन दुश्मन तो छुटकारा घर च खून दे छिट्टे आने बच्चियां दा पढ़ाई च मन ना लगना। प्रेमी प्रेमिका दा 100% वशीकरण करवाओ। घर बैठे हर समस्या का समाधान सिर्फ 11 घंटिया च।